ਇੱਕ ਬਹੁਤ ਹੀ ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਥਾਣੇਦਾਰ ਸਰਦਾਰ ਜਗਤਾਰ ਸਿੰਘ ਹੁੰਦਲ ਪਿਛਲੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ, ਜਿਨ੍ਹਾਂ ਵਿੱਚ ਸਰਦਾਰਨੀ ਜਸਵੀਰ ਕੌਰ, ਸਰਦਾਰ ਅਮਨਵੀਰ ਸਿੰਘ ਹੁੰਦਲ ਇਟਲੀ, ਪ੍ਰਭਜੋਤ ਕੌਰ, ਹਰਪ੍ਰੀਤ ਸਿੰਘ ਹੁੰਦਲ USA, ਮਨਜੀਤ ਕੌਰ, ਕਮਲਜੀਤ ਸਿੰਘ, ਗੁਰਮੇਲ ਸਿੰਘ, ਗੁਰਮੀਤ ਸਿੰਘ ਹੁੰਦਲ, ਹਰਜਿੰਦਰ ਕੌਰ, ਲਖਵਿੰਦਰ ਕੌਰ, ਪਾਲ ਸਿੰਘ, ਸੁਖਜਿੰਦਰ ਸਿੰਘ, ਮਨਜਿੰਦਰ ਸਿੰਘ, ਪ੍ਰਗਟ ਸਿੰਘ, ਦਵਿੰਦਰ ਸਿੰਘ ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਉਹਨਾਂ ਦੇ ਗ੍ਰਹਿ ਪਿੰਡ ਡਬਰੀ ਮਲਸੀਆਂ ਜ਼ਿਲ੍ਹਾ ਜਲੰਧਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਸਰਦਾਰ ਜਗਤਾਰ ਸਿੰਘ ਹੁੰਦਲ ਜੀ ਦਾ ਜਨਮ ਸੰਨ 1967 ਵਿੱਚ ਮਾਤਾ ਮਹਿੰਦਰ ਕੌਰ ਹੁਣਾਂ ਦੀ ਕੁੱਖੋਂ ਪਿਤਾ ਸਰਦਾਰ ਚਰਨ ਸਿੰਘ ਹੁੰਦਲ ਹੁਣਾਂ ਦੇ ਘਰ ਹੋਇਆ। ਆਪ ਜੀ ਬਚਪਨ ਤੋਂ ਹੀ ਬਹੁਤ ਹੀ ਸੁਗੜ, ਸਿਆਣੇ ਅਤੇ ਹੋਣਹਾਰ ਪ੍ਰਤਿਭਾ ਦੇ ਮਾਲਕ ਸਨ। ਆਪ ਜੀ ਨੇ ਆਪਣੀ 10ਵੀਂ ਤੱਕ ਦੀ ਪੜ੍ਹਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਸੀਆਂ ਲੜਕੇ ਤੋਂ ਹਾਸਿਲ ਕੀਤੀ। ਉਪਰੰਤ ਆਪ ਜੀ ਨੇ ਪਲੱਸ 2 ਦੀ ਪੜ੍ਹਾਈ ਪੂਰੀ ਕੀਤੀ ਅਤੇ ਆਪ ਜੀ ਪੰਜਾਬ ਪੁਲਿਸ ਵਿੱਚ ਭਰਤੀ ਹੋ ਗਏ। ਆਪ ਜੀ ਨੇ ਆਪਣੀ ਨੌਕਰੀ ਨੂੰ ਬਹੁਤ ਹੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਕੀਤਾ ਅਤੇ ਇਸ ਵਿੱਚ ਖੂਬ ਉੱਨਤੀ ਹਾਸਿਲ ਕੀਤੀ। ਆਪ ਜੀ ਨੇ ਆਪਣੀ ਜ਼ਿਆਦਾਤਰ ਸਰਵਿਸ ਜਗਰਾਓਂ ਥਾਣੇ ਵਿੱਚ ਹੀ ਕੀਤੀ। ਆਪ ਜੀ ਦਾ ਵਿਆਹ ਸੰਨ 1987 ਵਿੱਚ ਸਰਦਾਰਨੀ ਜਸਵੀਰ ਕੌਰ ਹੁਣਾਂ ਨਾਲ ਹੋਇਆ। ਵਿਆਹ ਉਪਰੰਤ ਆਪ ਜੀ ਨੇ ਆਪਣੀਆਂ ਪਰਿਵਾਰਕ ਜ਼ਿੰਮੇਦਾਰੀਆਂ ਨੂੰ ਬਖੂਬੀ ਨਿਭਾਇਆ। ਆਪ ਜੀ ਦੇ ਘਰ ਬੱਚਿਆਂ ਅਮਨਵੀਰ ਸਿੰਘ, ਹਰਪ੍ਰੀਤ ਸਿੰਘ ਅਤੇ ਬੇਟੀ ਮਨਜੀਤ ਕੌਰ ਨੇ ਜਨਮ ਲਿਆ। ਆਪ ਜੀ ਨੇ ਆਪਣੇ ਬੱਚਿਆਂ ਨੂੰ ਖੂਬ ਚੰਗੇ ਸੰਸਕਾਰ ਦਿੱਤੇ, ਪੜ੍ਹਾਇਆ ਲਿਖਾਇਆ ਅਤੇ ਸਮਾਜ ਦੇ ਚੰਗੇ ਨਾਗਰਿਕ ਬਣਾਇਆ। ਅੱਜ ਆਪ ਜੀ ਦੀ ਬੇਟੀ ਮਨਜੀਤ ਕੌਰ ਸਰਦਾਰ ਕਮਲਜੀਤ ਸਿੰਘ ਜੀ ਹੁਣਾਂ ਨਾਲ ਸੁਖੀ ਵਿਆਹਤਾ ਜੀਵਨ ਬਤੀਤ ਕਰ ਰਹੀ ਹੈ ਅਤੇ ਆਪ ਜੀ ਦੇ ਵੱਡੇ ਬੇਟੇ ਅਮਨਵੀਰ ਸਿੰਘ ਇਟਲੀ ਵਿਖੇ ਪਰਿਵਾਰ ਸਮੇਤ ਸੈੱਟ ਹਨ, ਜਦੋਂ ਕਿ ਆਪ ਜੀ ਦੇ ਛੋਟੇ ਬੇਟੇ ਹਰਪ੍ਰੀਤ ਸਿੰਘ ਹੁੰਦਲ USA ਵਿਖੇ ਸੈੱਟ ਹਨ। ਆਪ ਜੀ ਦੇ ਬੱਚੇ ਇਸ ਦੇਸ਼ ਦੀ ਧਰਤੀ ਤੇ ਜਿੱਥੇ ਆਪਣੇ ਮਾਤਾ ਜੀ ਅਤੇ ਆਪਣੇ ਪਿਤਾ ਜੀ ਦੇ ਨਾਮ ਨੂੰ ਰੋਸ਼ਨ ਕਰ ਰਹੇ ਹਨ, ਉੱਥੇ ਆਪ ਜੀ ਦੇ ਬੱਚੇ ਵਿਦੇਸ਼ਾਂ ਦੀ ਧਰਤੀ ਤੇ ਵੀ ਮੱਲਾਂ ਮਾਰ ਰਹੇ ਹਨ। ਸਰਦਾਰ ਜਗਤਾਰ ਸਿੰਘ ਹੁੰਦਲ ਪਰਮਾਤਮਾ ਦੇ ਘਰ ਪ੍ਰਤੀ ਸੱਚੇ ਸ਼ਰਧਾਵਾਨ ਸਨ। ਆਪ ਜੀ ਹਮੇਸ਼ਾ ਹੀ ਸਮਾਜਿਕ ਅਤੇ ਧਾਰਮਿਕ ਕੰਮਾਂ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਂਦੇ। ਸਰਦਾਰ ਜਗਤਾਰ ਸਿੰਘ ਜੀ ਬਹੁਤ ਹੀ ਮਿੱਠੀ ਬੋਲੀ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਸਨ। ਜੋ ਕੋਈ ਵੀ ਇੱਕ ਵਾਰ ਆਪ ਜੀ ਨਾਲ ਗੱਲ ਕਰ ਲੈਂਦਾ ਤਾਂ ਆਪ ਜੀ ਦਾ ਹੀ ਹੋ ਕੇ ਰਹਿ ਜਾਂਦਾ ਸੀ। ਮੌਜੂਦਾ ਸਮੇਂ ਵਿੱਚ ਚਾਹੇ ਸਰਦਾਰ ਜਗਤਾਰ ਸਿੰਘ ਹੁੰਦਲ ਸਾਡੇ ਵਿਚਕਾਰ ਨਹੀਂ ਹਨ, ਪਰ ਉਹਨਾਂ ਦਾ ਪਰਿਵਾਰ ਅਤੇ ਉਹਨਾਂ ਦਾ ਸਮਾਜ ਅੱਜ ਵੀ ਆਪ ਜੀ ਨੂੰ ਯਾਦ ਕਰਦਾ ਹੈ। ਕਹਿੰਦੇ ਇਸ ਦੇਹੀ ਨੂੰ ਸਿਮਰਦੇ ਨੇ ਤੇ ਆਪਾਂ ਦੇਵੀ ਦੇਵਤੇ ਸਿਮਰਦੇ ਨੇ। ਆਪਾਂ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਹਾਂ ਤੇ ਪਰ ਇਸ ਦੇਹੀ ਦੀ ਪੂਜਾ ਕਰਦੇ ਜਾਂਦੇ। ਕਹਿੰਦੇ ਇਸ ਦੇਹੀ ਕੋ ਤਰਸੇ ਦੇਵ, ਕਹਿੰਦੇ ਉਹ ਤਰਸਦੇ ਨੇ ਇਸ ਦੇਹੀ ਕੋ ਸਿਮਰੇ ਦੇਵ, ਸੋ ਦੇਹੀ ਭੱਜ ਹਰ ਕੀ ਸੇ।
ਜੇ ਦੇਹੀ ਦੇ ਵਿੱਚ ਆਣ ਕੇ ਮਨੁੱਖਾ ਦੇ ਵਿੱਚ ਆਣ ਕੇ ਗੁਰੂ ਦਾ ਸਿਮਰਨ ਕਰ ਸਕਦੇ ਹਾਂ, ਨਾਮ ਜਪ ਸਕਦੇ ਹਾਂ, ਗੁਰੂ ਨੂੰ ਮਿਲ ਸਕਦੇ ਹਾਂ, ਗੁਰੂ ਸਾਨੂੰ ਪ੍ਰਤੱਖ ਮਿਲ ਸਕਦੇ ਨੇ ਤੇ ਮਿਲੇ ਵੀ ਹੋਏ ਗੁਰੂ ਦੇ ਪਿਆਰੇ, ਪਰ ਆਪਾਂ ਨੂੰ ਸਮਝ ਨਹੀਂ ਆਉਂਦੀ, ਆਪਾਂ ਨੂੰ ਪਤਾ ਹੀ ਨਹੀਂ ਲੱਗਦਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜੁਗੋ ਜੁਗ ਅਟਲ ਪਾਤਸ਼ਾਹ, ਜਿਨ੍ਹਾਂ ਦੇ ਦਰਸ਼ਨ ਦਾਰੇ ਕਰਦੇ ਆ ਪਰ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ, ਆਪਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਕਿ ਪਾਤਸ਼ਾਹ ਕੀ ਸਮਝਾਉਂਦੇ ਨੇ ਸਾਨੂੰ, ਗੁਰਬਾਣੀ ਦੇ ਵਿੱਚ ਕੀ ਕਹਿੰਦੇ ਨੇ ਪਾਤਸ਼ਾਹ। ਕਹਿੰਦੇ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਕਹਿੰਦੇ ਵਾਰੀ ਮਿਲ ਕੇ ਮੌਕਾ ਆ ਗਿਆ, ਕਿਸੇ ਵੇਲੇ ਆਪਾਂ ਕਹਿੰਦੇ ਨਾ ਇੱਕ ਮੌਕਾ ਮਿਲ ਜਾਵੇ, ਕੋਈ ਕਮਾਈ ਦਾ ਮੌਕਾ ਲੱਭਦੇ ਆ, ਕੋਈ ਕਿਸੇ ਤਰ੍ਹਾਂ ਦਾ ਮੌਕਾ ਲੱਭਦੇ ਆ, ਪਰ ਪਾਤਸ਼ਾਹ ਕਹਿੰਦੇ ਨੇ ਤੈਨੂੰ ਇੱਕ ਮੌਕਾ ਦੇ ਦਿੱਤਾ, ਕਹਿੰਦੇ ਇੱਕ ਮੌਕਾ ਦੇ ਦਿੱਤਾ, ਇਨਸਾਨੀ ਜਾਮਾ ਦੇ ਦਿੱਤਾ ਕਹਿੰਦੇ, ਪਰ ਕਹਿੰਦੇ ਇਨਸਾਨੀ ਜਾਮੇ ਦੇ ਵਿੱਚ ਆਪਾਂ ਆ ਕਰਕੇ ਸਾਨੂੰ ਸਮਝ ਹੀ ਨਹੀਂ ਆਉਂਦੀ, ਕਹਿੰਦੇ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਕੀ ਕਰਨਾ ਚਾਹੀਦਾ, ਕਿਉਂ ਸਾਨੂੰ ਇਨਸਾਨੀ ਜਾਮਾ ਮਿਲਿਆ। ਜੇ ਪਾਤਸ਼ਾਹ ਨੇ ਸਾਨੂੰ 30 ਸਾਲ, ਜਿਸ ਪਾਤਸ਼ਾਹ ਨੇ ਸਾਨੂੰ 60 ਸਾਲ ਉਮਰ ਬਖਸ਼ਿਸ਼ ਕੀਤੀ ਹੈ ਨਾ, ਮੰਨ ਲਓ ਸਾਡੀ 60 ਸਾਲ ਉਮਰ ਹੈ, ਤੇ 60 ਸਾਲਾਂ ਦੇ ਵਿੱਚ 60 ਸਾਲ ਬਾਅਦ ਸਾਨੂੰ ਮੌਤ ਨੇ ਘੇਰਾ ਪਾ ਲਿਆ, ਸਾਡੀ 60 ਸਾਲ ਉਮਰ ਬਸ, ਤੇ 30 ਸਾਲ ਸਾਡੀ ਤਾਂ ਸੌਂ ਕੇ ਨਿਕਲ ਜਾਂਦੀ ਹੈ, ਅੱਧੀ ਉਮਰ ਤਾਂ ਸਾਡੀ ਸੌਂ ਕੇ ਨਿਕਲ ਜਾਂਦੀ, 7-8 ਘੰਟੇ ਸੋਨੇ, ਅੱਧੀ ਉਮਰ ਤੇ ਸਾਡੀ ਸੌਂ ਕੇ ਨਿਕਲ ਗਈ, 30 ਸਾਲ ਬਚ ਗਈ ਸਾਡੇ ਕੋਲ, ਤੇ 1 ਤੋਂ ਲੈ ਕੇ 20 ਸਾਲ ਤੱਕ ਸਾਨੂੰ ਤੇ ਉਹ ਨਹੀਂ ਸੋਝੀ ਆਉਂਦੀ, ਬਚਪਨ ਤੋਂ ਲੈ ਕੇ ਜਵਾਨੀ ਤੱਕ 10 ਸਾਲ ਉਮਰ ਹੈਗੀ ਸਾਡੇ ਕੋਲ, 10 ਸਾਲਾਂ ਦੇ ਵਿੱਚ ਮਾਂ ਪਿਓ ਨੇ ਸ਼ਾਦੀ ਕਰ ਦਿੱਤੀ, ਬੱਚਿਆਂ ਨੂੰ ਪਾਲ ਕੇ ਨਿਕਲ ਜਾਂਦੇ, ਸਟੈਂਡ ਕਰਦੇ ਆ, ਸਮਾਂ ਕਿਹੜਾ ਬਚਿਆ, ਗੁਰੂ ਦਾ ਸਿਮਰਨ ਕਰਨ ਨੂੰ ਸਮਾਂ ਕਿਵੇਂ ਮਿਲਿਆ, ਕਦੋਂ ਮਿਲਿਆ। ਕਹਿੰਦੇ ਹੁਣ ਤੇਰੇ ਕੋਲ ਤੰਦਰੁਸਤੀ ਏ, ਕਹਿੰਦੇ ਜੇ ਤੰਦਰੁਸਤੀ ਏ ਨਾ ਤੇ ਸਿਮਰਨ ਕਰ ਸਕਦਾ, ਨਾਮ ਜਪ ਸਕਦਾ, ਗੁਰੂ ਦੇ ਪਿਆਰੇ ਹਸਪਤਾਲਾਂ ਦੇ ਵਿੱਚ ਜਾ ਕੇ ਵੇਖੀ, ਪੰਡਾ ਰੁਪਈਏ ਚੱਕੀ ਫਿਰਦੇ ਨੇ ਲੋਕ, ਕੀ ਲੱਭਦੇ ਨੇ, ਤੰਦਰੁਸਤੀ ਲੱਭਦੇ, ਤੰਦਰੁਸਤੀ ਕਰਮਾਂ ਦੇ ਨਾਲ ਮਿਲਦੀ ਹੈ, ਭਾਗਾਂ ਦੇ ਨਾਲ ਮਿਲਦੀ, ਪਰ ਜਦੋਂ ਸਾਡੇ ਕੋਲ ਤੰਦਰੁਸਤੀ ਹੈ ਅਸੀਂ ਸਿਮਰਨ ਨਹੀਂ ਕਰਦੇ, ਨਾਮ ਨਹੀਂ ਜਪਦੇ, ਬਾਣੀ ਨਹੀਂ ਗਾਇਨ ਕਰਦੇ। ਜਿਹਨੇ ਸਾਡਾ ਫਾਇਦਾ ਕਰਨਾ ਹੈ, ਜਿਹਨੇ ਸਾਡਾ ਪਾਰ ਉਤਾਰਾ ਕਰਨਾ ਹੈ, ਉਹਨੂੰ ਸਿਮਰਦੇ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਬਾਣੀ ਉਚਾਰਨ ਕੀਤੀ ਹੈ ਤੇ ਸਾਰੀ ਬਾਣੀ ਮੇਰੇ ਸਤਿਗੁਰਾਂ ਨੇ ਨਾਮ ਜਪਣ ਵਾਸਤੇ ਆਖੀ ਹੈ,
ਕਿ ਕਿਵੇਂ ਨਾਮ ਜਪਣਾ ਚਾਹੀਦਾ, ਕਿਉਂ ਨਾਮ ਜਪਣਾ ਚਾਹੀਦਾ, ਕਿੱਦਾਂ ਨਾਮ ਜਪਣਾ ਚਾਹੀਦਾ, ਗੁਰੂ ਨੂੰ ਮਿਲ ਕੇ ਕੀ ਹੋਵੇਗਾ, ਗੁਰੂ ਨੂੰ ਨਾਮ ਮਿਲਾਂਗੇ ਤਾਂ ਕੀ ਹੋਵੇਗਾ, ਸਾਰਾ ਕੁਛ ਮਾਲਕ ਨੂੰ ਦੱਸਿਆ। ਪਰ ਆਪਾਂ ਕੋਸ਼ਿਸ਼ ਨਹੀਂ ਕਰਦੇ। ਕਹਿੰਦੇ ਇਹ ਸਰੀਰਾ ਮੇਰੇ ਆ, ਇਸ ਜਗ ਮੇ ਆਏ ਕੇ ਕਿਆ ਤੁਧ ਕਰਮ ਕਰਮਾਇਆ। ਤੀਸਰੇ ਪਾਤਸ਼ਾਹ ਅਨੰਦ ਸਾਹਿਬ ਦੀ ਬਾਣੀ ਦੇ ਵਿੱਚ ਫਰਮਾਨ ਕਰ ਰਹੇ ਨੇ, ਕਹਿੰਦੇ ਇਹ ਸਰੀਰਾ ਮੇਰੇ ਆਪਣੇ ਸਰੀਰ ਨੂੰ ਕਹਿੰਦੇ। ਕਹਿੰਦੇ ਜੇ ਗੁਰੂ ਦਾ ਸਿਮਰਨ ਨਹੀਂ ਕੀਤਾ, ਨਾਮ ਨਹੀਂ ਜਪਿਆ ਤਾਂ ਕੀ ਫਾਇਦਾ ਤੇਰਾ। ਇਹ ਸਰੀਰਾ ਮੇਰੇ ਆ, ਇਸ ਜਗ ਮੇ ਆਏ ਕੇ ਕਿਆ ਤੁਧ ਕਰਮ ਕਮਾਇਆ, ਕਿਹੜਾ ਕਰਮ ਕਮਾਇਆ, ਚੰਗਾ ਕੋਈ ਕਰਮ ਕਮਾਇਆ। ਸਿਮਰਨ ਭਜਨ ਦਇਆ ਨਹੀਂ ਕੀਤੀ, ਕਹਿੰਦੇ ਕੋਈ ਕੰਮ ਕੀਤਾ ਇੱਦਾਂ ਕਿ ਕਰਮ ਕਮਾਇਆ ਤੂੰ ਸਰੀਰ ਸਰੀਰਾ, ਜਾ ਤੂੰ ਜਗ ਮੇ ਆਇਆ ਹੈ, ਕਿਹੜਾ ਕਰਮ ਕਮਾਇਆ। ਕਹਿੰਦੇ ਕਹਿੰਦੇ ਕਿਹੜਾ ਕੰਮ ਕਰਨਾ ਸੀ, ਕਹਿੰਦੇ ਰਹਿਣ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਕਹਿੰਦੇ ਕਹਿੰਦੇ ਨਾਮ ਨਾ ਜਾਣਿਆ ਰਾਮ ਕਾ ਮੂੜੇ, ਫਿਰ ਪਾਛੇ ਪਛਤਾ। ਕਹਿੰਦੇ ਰਾਤ ਲੰਘਾ ਲਈ ਹੈ, ਸੌ ਕੇ ਨਿਕਲ ਗਈ ਰਾਤ, ਤੇ ਦਿਨ ਨਿਕਲ ਜਾਂਦਾ ਹੈ ਖਾ ਪੀ ਕੇ ਚੱਲੇ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਕਹਿੰਦੇ ਜੇ ਹੀਰਿਆਂ ਤੋਂ ਪਵਿੱਤਰੇ ਤਾਂ ਹੀ ਤੇ ਦੇਵਤੇ ਦੱਸਦੇ ਨੇ। ਕਹਿੰਦੇ ਹੀਰਿਆਂ ਨਾਲੋਂ ਅਨਮੋਲ ਕੇ ਆਪਣਾ ਇਨਸਾਨੀ ਜਾਮਾ ਜਿਹੜਾ ਸਾਨੂੰ ਬਖਸ਼ਿਸ਼ ਕੀਤਾ ਹੈ ਮਾਲਕ। ਕਹਿੰਦੇ ਕਹਿੰਦੇ ਐਸਾ ਕਰਮ ਕਰਕੇ ਜਾਈਏ ਕਿ ਸਾਡੇ ਜਾਣ ਦੇ ਮਗਰੋਂ ਘਾਟਾ ਨਾ ਪੂਰਾ ਹੋਵੇ। ਕਹਿੰਦੇ ਐਸਾ ਕਰਮ ਕਰਕੇ ਜਾਈਏ ਜੁਗਾਂ ਜੁਗਾਂ ਤੱਕ ਯਾਦ ਕਰਨ। ਕਬੀਰ ਸਾਹਿਬ ਜੀ ਮਹਾਰਾਜ ਜੀ ਇਹ ਸੰਸਾਰ ਤੋਂ ਗਏ ਨੇ ਸਰੀਰਕ ਤੌਰ ਤੇ, ਅੱਜ ਤੱਕ ਯਾਦ ਕਰਦੇ, ਜੁਗੋ ਜੁਗ ਅਟਲ ਨੇ, ਸਿਮਰਨ ਕੀਤਾ ਨਾਮ ਜਪਿਆ। ਕਬੀਰ ਸਾਹਿਬ ਜੀ ਮਹਾਰਾਜ ਜੀ ਦੇ ਕਿਸੇ ਵੇਲੇ ਕਹਿੰਦੇ ਆ ਕਿ ਆਪਾਂ ਸਲੋਕ ਸਰਵਣ ਕਰਨੇ, ਫਰੀਦ ਸਾਹਿਬ ਜੀ ਮਹਾਰਾਜ ਜੀ ਦੇ ਕਹਿ ਦਿੰਦੇ ਆਪਾਂ ਕਿ ਸਲੋਕ ਸਰਵਣ ਕਰਨੇ, ਉਹ ਅਮਰ ਹੋ ਗਏ ਨੇ ਕਿਸੇ ਦੇ ਵਿਆਹ ਦੇ, ਉਹ ਅੱਜ ਵੀ ਜੀਂਦੇ ਨੇ, ਅਸੀਂ ਅੱਜ ਵੀ ਉਹਨਾਂ ਦੇ ਦਰਸ਼ਨ ਕਰ ਸਕਦੇ ਹਾਂ। ਕੀ ਕੀਤਾ, ਨਾਮ ਜਪਿਆ, ਸਿਮਰਨ ਕੀਤਾ, ਗੁਰੂ ਨੂੰ ਪਛਾਣਿਆ, ਆਪਣੇ ਜੀਵਨ ਨੂੰ ਸਫਲ ਕੀਤਾ। ਕਹਿੰਦੇ ਪ੍ਰਾਣੀ ਤੋਂ ਆਇਆ ਲਾਹਾ ਲੈਣ, ਲੱਕਾ ਕਿਆ ਤੱਕ ਫਕੜੇ, ਸਭ ਮੁਕਤੀ ਚੱਲਦੀ ਰਹਿ। ਤੇ ਪਰ ਕਹਿੰਦੇ ਸਾਡੇ ਕੋਲ ਕੀ ਰਹਿ ਗਿਆ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ, ਇਹ ਮਰਨਾ ਸਾਡੇ ਕੋਲ ਤੇ ਇਹੋ ਰਹਿ ਗਿਆ। ਖਾਣ ਦਾ ਚੇਤਾ ਕਰ ਲਿਆ, ਪੀਣ ਦਾ ਚੇਤਾ ਕਰ ਲਿਆ, ਮਨ ਕੀਤਾ ਹੱਸ ਪਏ ਤੇ ਮਨ ਕੀਤਾ ਰੋ ਪਏ। ਕਹਿੰਦੇ ਡਿਊਟੀ ਕਦੇ ਨਿਭਾਈ ਹੈ ਆਪਾਂ, ਕਹਿੰਦੇ ਸਾਨੂੰ ਪਤਾ ਵੀ ਡਿਊਟੀ ਕਿਹੜੀ ਹੈ ਸਾਡੀ। ਕਹਿੰਦੇ
ਕਹਿੰਦੇ ਬਾਕੀ ਸਾਰੇ ਕੰਮ ਆਪਾਂ ਟਾਈਮ ਦੇ ਨਾਲ ਕਰਦੇ ਆ, ਪਰ ਗੁਰੂ ਦਾ ਸਿਮਰਨ ਇਹ ਟਾਈਮ ਹੀ ਨਹੀਂ ਸੈੱਟ ਕੀਤਾ। ਪਰ ਸੱਚੇ ਪਾਤਸ਼ਾਹ ਨੂੰ ਅੰਮ੍ਰਿਤ ਵੇਲਾ ਸੱਚੇ ਪਾਤਸ਼ਾਹ ਨੇ ਉੱਤਮ ਦੱਸਿਆ, ਕਹਿੰਦੇ ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਨੂੰ ਵਡਿਆਈ ਦਿੱਤੀ, ਕਿਉਂ? ਕਿਉਂਕਿ ਸ਼ਾਂਤ ਵੇਲਾ ਹੈ, ਸ਼ਾਂਤ ਮਾਹੌਲ ਹੈ, ਤੇ ਸਭ ਤੋਂ ਪਹਿਲਾਂ ਮੇਰੇ ਸਤਿਗੁਰਾਂ ਦਾ ਨਾਮ ਜਪਿਆ ਜਾਂਦਾ, ਸਿਮਰਨ ਕੀਤਾ ਜਾਂਦਾ। ਪਰ ਕਹਿੰਦੇ ਨਾਮ ਜਪਣ ਦਾ ਕੋਈ ਵੇਲਾ ਨਹੀਂ ਹੁੰਦਾ, ਜਿਹੜੀ ਵੇਲਾ ਵਕਤ ਵਿਚਾਰੀ ਹੈ ਕਿਤ ਵੇਲੇ ਭਗਤ। ਕਹਿੰਦੇ ਜੇ ਵੇਲਾ ਵਕਤ ਵਿਚਾਰਾਂਗੇ, ਪਰ ਗੁਰੂ ਦੇ ਪਿਆਰਿਓ ਸਿਮਰਨ ਕਰਨਾ ਪੈਣਾ, ਨਾਮ ਜਪਣਾ ਪੈਣਾ। ਜੇ ਸਾਨੂੰ ਇਨਸਾਨੀ ਜਾਮਾ ਮਿਲਿਆ, ਜੇ ਤੇ ਇਨਸਾਨੀ ਜਾਮੇ ਨੂੰ ਉੱਤਮ ਕਰਨਾ ਚਾਹੁੰਦੇ ਹਾਂ ਤਾਂ ਫਿਰ ਤੇ ਸਿਮਰਨ ਕਰਨਾ ਪੈਣਾ, ਨਾਮ ਜਪਣਾ ਪੈਣਾ। ਨਾਮ ਜਪੀਏ ਗੁਰੂ ਦੇ ਪਿਆਰਿਓ, ਇਹ ਸੰਸਾਰ ਤੇ ਨਾਮ ਜਪਣ ਵਾਸਤੇ ਆਏ ਹਾਂ, ਸਿਮਰਨ ਕਰਨ ਵਾਸਤੇ ਆਏ ਹਾਂ, ਦਇਆ ਕਰਨ ਆਏ ਹਾਂ, ਭਜਨ ਕਰਨ ਆਏ ਹਾਂ, ਸਿਮਰਨ ਕਰਨ ਆਏ ਹਾਂ। ਤੇ ਜੇ ਸਿਮਰਨ ਕਰ ਲਵਾਂਗੇ, ਨਾਮ ਜਪ ਲਵਾਂਗੇ ਤੇ ਜਮਦੂਤਾਂ ਕੋਲ ਬਚ ਜਾਵਾਂਗੇ। ਜੇ ਸਿਮਰਨ ਨਹੀਂ ਕਰਦੇ, ਨਾਮ ਨਹੀਂ ਜਪਦੇ, ਫਿਰ ਤੇ ਗੁਰੂ ਦੇ ਪਿਆਰਿਓ ਇੱਕ ਤੇ 84 ਲੱਖ ਦਾ ਗੇੜ ਤੇ ਇੱਕ ਜਮਦੂਤ ਖੱਜਲ ਖੁਆਰੀ ਕਰਨ। ਜਮ ਕਾ ਚੰਗਾ ਬੁਰਾ ਹੈ ਉਹ ਨਹੀਂ ਸਹਿਆ ਜਾਇਆ। ਜਿੰਦਨ ਮਾਣੀ ਕੱਢੀਏ ਹੱਡਾਂ ਕੋ ਭੜਕਾਏ। ਕਹਿੰਦੇ ਜਦੋਂ ਜਮਦੂਤ ਜਾਨ ਨੂੰ ਕੱਢਦੇ ਨੇ ਨਾ, ਤੋੜ ਮਰੋੜ ਕੇ ਕੱਢਦੇ ਨੇ, ਆਤਮਾ ਨੂੰ ਕੱਢਦੇ ਨੇ ਤੋੜ ਮਰੋੜ ਕੇ ਕੱਢਦੇ ਨੇ। ਪਰ ਜੇ ਸਿਮਰਨ ਕਰਾਂਗੇ, ਨਾਮ ਜਪਾਂਗੇ ਤੇ ਗੁਰੂ ਸਾਹਿਬ ਸਾਨੂੰ ਸੀਟ ਤੇ ਬਿਠਾ ਕੇ ਲੈ ਕੇ ਜਾਣਗੇ ਆਪਣੇ ਮਹਿਬਾਨ ਦੇ ਵਿੱਚ, ਆਪਣੀ ਗੱਡੀ ਦੇ ਵਿੱਚ ਸੀਟ ਤੇ ਬਹਿ ਕੇ ਚਲੇ ਜਾਵਾਂਗੇ ਨਾਲ। ਕਹਿੰਦੇ ਜਿਹੜੇ ਨਾਮ ਜਪਦੇ ਨੇ, ਸਿਮਰਨ ਕਰਦੇ ਨੇ, ਉਹਨਾਂ ਦੀ ਕਹਿੰਦੇ ਆਓ ਭਗਤ ਕਰਦੇ ਨੇ ਬਾਦਸ਼ਾਹ, ਉਹਨਾਂ ਨੂੰ ਗਲ ਮਿਲਾਉਂਦੇ ਨੇ ਆਪਣੇ ਗਲ ਦੇ ਨਾਲ ਲਾਉਂਦੇ ਨੇ। ਆਓ ਬੈਠ ਆਦਰ ਸਭ ਥਾਂ, ਕਹਿੰਦੇ ਉਹਨਾਂ ਦਾ ਆਦਰ ਹੁੰਦਾ ਹੈ ਇੱਥੇ ਵੀ ਦਰਗਾਹ ਦੇ ਵਿੱਚ। ਆਓ ਭਗਤ ਆਓ ਗੁਰੂ ਦੇ ਪਿਆਰ ਦਿਓ। ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਮਿੱਠ ਬੋਲਣੇ, ਜਿੰਨੀ ਵੀ ਸਿਫਤ ਕਰੀਏ ਉਨੀ ਥੋੜ੍ਹੀ। ਗੁਰੂ ਦੇ ਪਿਆਰਿਓ ਸਾਨੂੰ ਇਸ ਨਗਰ ਦੇ ਵਿੱਚ ਸੇਵਾ ਕਰਦੇ ਹਾਂ ਤਕਰੀਬਨ 24-25 ਸਾਲ ਹੋ ਚੱਲੇ ਹੁੰਦੇ ਆ, ਤੇ ਅਸੀਂ ਕਦੇ ਵੀ ਸਰਦਾਰ ਜਗਤਾਰ ਸਿੰਘ ਜੀ ਹੁਣਾਂ ਨੂੰ ਕਿਸੇ ਵਾਸਤੇ ਕੋਈ ਉੱਚੀ ਆਵਾਜ਼ ਦੇ ਨਾਲ ਗੱਲ ਕੀਤੀ ਹੋਵੇ, ਕਿਸੇ ਨੂੰ ਕੋਈ ਦਬਕਾ ਮਾਰਿਆ ਹੋਵੇ, ਕਿਸੇ ਨੂੰ ਕੋਈ ਮਾੜਾ ਆਖਿਆ ਹੋਵੇ, ਕਦੇ ਨੀ ਅਸੀਂ ਦੇਖਿਆ। ਚੰਗਿਆਂ ਨੂੰ ਗੁਰੂ ਦੇ ਪਿਆਰਿਓ ਚੰਗੇ ਆਖਿਆ ਜਾਂਦਾ। ਅਰਦਾਸ ਕਰਨੀ ਹੈ ਸਾਰਿਆਂ ਨੂੰ।
ਸਾਰੀ ਸੰਗਤ ਨੇ ਰਲ ਕੇ ਇੱਕ ਪਾਤਸ਼ਾਹ ਕਿਰਪਾ ਕਰਿਓ, ਸਾਡੇ ਕੋਲ ਸਾਡਾ ਪਿਆਰਾ ਵਿਛੜ ਗਿਆ ਹੈ, ਤੁਸੀਂ ਕਿਰਪਾ ਕਰਨੀ ਹੈ, ਤੁਹਾਡੇ ਕੋਲ ਗਿਆ ਹੈ, ਤੁਸੀਂ ਆਪਣੇ ਚਰਨਾਂ ਵਿੱਚ ਰੱਖਣਾ ਹੈ, ਤੁਸੀਂ ਆਪਣੇ ਚਰਨਾਂ ਦਾ ਪਿਆਰ ਦੇਣਾ ਹੈ, ਨਿਵਾਸ ਦੇਣਾ ਹੈ, ਔਰ ਟੇਢੀਆਂ ਮੇਢੀਆਂ ਜੁਨਾਂ ਤੋਂ ਬਚਾ ਕੇ ਰੱਖਣਾ ਹੈ, ਆਪਣੇ ਚਰਨਾਂ ਦੇ ਨਾਲ ਲਾਉਣਾ ਹੈ, ਇਹ ਅਰਦਾਸ ਕਰਨੀ ਹੈ ਗੁਰੂ ਦੇ ਪਿਆਰੇ। ਆਓ ਸ਼ਬਦ ਨਾਲ ਜੁੜਨਾ ਕਰੀਏ, ਸਭਨਾ ਸਾਧ ਬਚਣਾ। ਜਦੋਂ ਸਰੀਰਕ ਤੌਰ ਤੇ ਇਸ ਸੰਸਾਰ ਨੂੰ ਛੱਡ ਕੇ ਚੱਲੇ, ਚੋਲਾ ਛੱਡਣ ਲੱਗੇ, ਤਾਂ ਪਾਤਸ਼ਾਹ ਨੇ ਆਪਣੇ ਪਰਿਵਾਰ ਨੂੰ ਲਾਗੇ ਸੱਦ ਲਿਆ। ਕਹਿੰਦੇ ਸਤਿਗੁਰੂ ਭਾਣੇ ਆਪਣੇ ਬਹਿ ਪਰਿਵਾਰ ਸਧਾਇਆ, ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਬੋਲ ਨਾ ਪਾਇਆ। ਕਹਿੰਦੇ ਮੈਂ ਜਦੋਂ ਇਹ ਸੰਸਾਰ ਨੂੰ ਛੱਡ ਕੇ ਜਾਵਾਂ, ਤੁਸੀਂ ਮੇਰੇ ਜਾਣ ਦਾ ਮਗਰੋਂ ਰੋਣਾ ਕਰਲਾਉਣਾ, ਆਪਣੇ ਪਰਿਵਾਰ ਨੂੰ ਕਹਿ ਰਿਹਾ। ਕਹਿੰਦੇ ਰੋਣਾ ਕਰਲਾਉਣਾ ਨੀ ਮੇਰੇ ਜਾਣ ਦਾ ਮਗਰੋਂ। ਫਿਰ ਸਾਰੇ ਪਰਿਵਾਰ ਨੇ ਬੇਨਤੀ ਕੀਤੀ ਕਿ ਕੀ ਕਰਨਾ ਚਾਹੀਦਾ ਪਾਤਸ਼ਾਹ, ਸਾਨੂੰ ਆਪ ਜੀ ਦਾ ਵਿਛੋੜਾ ਸਾਡੇ ਕੋਲ ਸਹਿਆ ਨਹੀਂ ਦੇਣਾ।
ਇਹ ਵਿਛੋੜਾ ਸਹਿਆ ਨਾ ਜਾਇਆ। ਪਰ ਕਹਿੰਦੇ ਤੁਸੀਂ ਇੱਕ ਕੰਮ ਕਰਨਾ ਹੈ, ਕਹਿੰਦੇ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰੇ ਹੋ ਨਿਰਬਾਣ ਜੀਓ ਕੇਸੋ ਗੋਪਾਲ ਪੰਡਿਤ ਸਦੇਹੋ ਹਰ ਹਰ ਕਥਾ ਪੜੇ ਪੁਰਾਣ ਜੀ। ਕਹਿੰਦੇ ਮੇਰੇ ਜਾਣ ਦੇ ਮਗਰੋਂ ਗੁਰੂ ਦੀ ਬਾਣੀ ਦਾ ਕੀਰਤਨ ਹੋਣਾ ਚਾਹੀਦਾ, ਕਥਾ ਵਿਚਾਰ ਹੋਣੀ ਚਾਹੀਦੀ, ਗੁਰੂ ਦੀ ਉਸਤਤ ਹੋਣੀ ਚਾਹੀਦੀ, ਗੁਰੂ ਦੀ ਬਾਣੀ ਗਾਇਨ ਹੋਣੀ ਚਾਹੀਦੀ। ਕਹਿੰਦੇ ਫਿਰ ਮੈਨੂੰ ਚੰਗਾ ਲੱਗੇਗਾ, ਮੇਰੀ ਆਤਮਾ ਨੂੰ ਚੰਗਾ ਲੱਗੇਗਾ। ਤਾਂ ਹੀ ਮੇਰੇ ਪਾਤਸ਼ਾਹ ਨੇ ਆਖਿਆ, ਕਹਿੰਦੇ ਵੀ ਜਿਹੜਾ ਵੀ ਜੀਵ ਇਸ ਸੰਸਾਰ ਨੂੰ ਛੱਡ ਕੇ ਜਾਂਦਾ ਹੈ ਨਾ, ਉਹਦੇ ਜਾਣ ਦੇ ਮਗਰੋਂ ਗੁਰੂ ਦੀ ਬਾਣੀ ਦਾ ਕੀਰਤਨ ਜ਼ਰੂਰ ਹੋਣਾ ਚਾਹੀਦਾ, ਕਥਾ ਵਿਚਾਰ ਜ਼ਰੂਰ ਹੋਣੀ ਚਾਹੀਦੀ। ਕਹਿੰਦੇ ਕੀਰਤਨ ਕੀਤਾ, ਕਥਾ ਵਿਚਾਰ ਕੀਤੀ, ਬਾਣੀ ਗਾਇਨ ਕੀਤੀ, ਉਸ ਵਿੱਚ ਸਰੀਰ ਨੂੰ ਸਹਾਇਤਾ ਪਹੁੰਚਦੀ ਹੈ। ਕਹਿੰਦੇ ਬਾਣੀ ਬੜੀ ਸੁਣੀ, ਉਸ ਵਿਛੜੇ ਨੂੰ ਜਮਾਂ ਤੋਂ ਬਚਾ ਸਕਦੀ ਹੈ। ਕਹਿੰਦੇ ਗੁਰੂ ਦੇ ਪਿਆਰਿਓ, ਆਓ ਸਾਰੀ ਸੰਗਤ ਹੀ ਰਲ ਕੇ ਗੁਰੂ ਦੀ ਬਾਣੀ ਦਾ ਓਟ ਆਸਰਾ ਤੰਗਣਾ ਹੈ। ਸਾਰੀ ਸੰਗਤ ਨੇ ਅਰਦਾਸ ਬੇਨਤੀ ਕਰਨੀ ਹੈ। ਕਹਿੰਦੇ ਸੰਬਤ ਸਾਹ ਲਿਖਿਆ, ਮਿਲ ਕਿਰਪਾ ਉਹ ਤੇਲ ਦੇਹੋ ਸੱਜਣ ਸੀਸੜੀਆਂ ਜੋ ਹੋਵੇ ਸਾਹਿਬ ਸੁਣੇ। ਕਹਿੰਦੇ ਇਹ ਸਾਹ ਜਿਹੜਾ ਲਿਖਿਆ ਜਾਂਦਾ ਇਹਨੇ ਮਾਲਕ ਦੀ ਦਰਗਾਹ ਦੇ ਵਿੱਚ, ਤੇ ਉਹ ਜੀਵ ਨੂੰ ਕਹਿੰਦੇ ਉਹ ਸਾਹੇ ਤੇ ਹੀ ਜਾਣਾ ਪੈਂਦਾ ਹੈ, ਉਸ ਤਰੀਕ ਤੇ ਹੀ ਜਾਣਾ ਪੈਂਦਾ ਹੈ। ਕਹਿੰਦੇ ਨਾਨਕ ਧਨ ਸੁਹਾਗਣੀ ਜਿਨਸੇ ਨਾਲ ਪਿਆਰ ਸਭਨਾ ਸਹੁਰੇ ਵੰਝਣਾ ਸਭ ਮੁਕਲਾਵਣ ਹਾਰ। ਕਹਿੰਦੇ ਸੰਬਤ ਸਾਹਾ ਲਿਖਿਆ ਮਿਲ ਕਿਰਪਾ ਉਹ ਤੇਲ। ਕਹਿੰਦੇ ਜਦੋਂ ਕੋਈ ਗੁੱਡੀ ਵਿਆਹੀ ਜਾਂਦੀ ਹੈ, ਵਿਆਹਣ ਵਾਲੀ ਹੁੰਦੀ ਹੈ ਨਾ, ਉਹਦਾ ਸਹਿਆ ਰੱਖਿਆ ਜਾਂਦਾ ਹੈ। ਤੇ ਕਿਸੇ ਵੇਲੇ ਆਪਾਂ ਕਹਿ ਦਿੰਦੇ ਹਾਂ ਕਿ ਮਾਈਆਂ ਲੱਗਣੀਆਂ। ਕਹਿੰਦੇ ਉਹ ਤੇਲ ਸਾਰੀਆਂ ਮਾਈਆਂ ਰਲ ਕੇ ਤੇਲ ਸਿਰ ਦੇ ਵਿੱਚ ਪਾਉਂਦੀਆਂ ਨੇ। ਕਹਿੰਦੇ ਸੰਬਤ ਸਾਹਾ ਲਿਖਿਆ ਮਿਲ ਕਿਰਪਾ ਉਹ ਤੇਲ। ਕਹਿੰਦੇ ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ। ਨਾਲ ਬੀਬੀਆਂ ਨੂੰ ਕਹਿੰਦੇ ਕਿ ਇਹਨੂੰ ਅਸੀਸ ਦਿਓ, ਕਿ ਵਾਰ ਚੰਗਾ ਹੋਵੇ, ਪਰਮੇਸ਼ਰ ਦੇ ਨਾਲ ਮੇਲ ਹੋਵੇ, ਵਰ ਦੇ ਨਾਲ ਮੇਲ ਹੋਵੇ। ਇਸੇ ਕਰਕੇ ਆਪ ਸੰਗਤ ਦੀ ਅਰਦਾਸ, ਸਾਰੀ ਸੰਗਤ ਨੂੰ ਬੇਨਤੀ ਕਰ ਰਹੇ ਹਾਂ ਕਿ ਅਰਦਾਸ ਕਰਿਓ ਸਾਰੇ ਜਣੇ ਰਲ ਕੇ, ਕਿ ਪਾਤਸ਼ਾਹ ਕਿਰਪਾ ਕਰਿਓ, ਉਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਥਾਂ ਬਖਸ਼ਿਸ਼ ਕਰਿਓ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਿਓ, ਆਪ ਅਸੀਸ ਬਖਸ਼ਿਸ਼ ਕਰਿਓ, ਆਪ ਸੰਗਤ ਦਾ ਰੂਪ ਬਣੇ ਹੋਣੇ। ਕਿਉਂਕਿ ਸੰਗਤ ਦੀ ਅਰਦਾਸ ਕਦੇ ਵਿਰਥੇ ਨਹੀਂ ਜਾਂਦੀ। ਪਤਾ ਨਹੀਂ ਆਪ ਸੰਗਤ ਦੇ ਵਿੱਚ ਕਿਹੜਾ ਕੋਈ ਗੁਰੂ ਦਾ ਪਿਆਰਾ, ਕੋਈ ਭਿੱਜੀ ਹੋਈ ਰੂਹ ਆਪ ਸੰਗਤ ਦੇ ਵਿੱਚ ਬੈਠੀ ਹੋਵੇ, ਤੁਹਾਡੀ ਅਰਦਾਸ ਬੇਨਤੀ ਪ੍ਰਮਾਣ ਹੋ ਜਾਵੇ, ਉਸ ਵਿਛੜੀ ਰੂਹ ਨੂੰ ਸਹਾਇਤਾ ਪਹੁੰਚ ਜਾਵੇਗੀ, ਉਸ ਵਿਛੜੀ ਰੂਹ ਨੂੰ ਜਨਮ ਮਰਨ ਤੋਂ ਰਹਿਤ ਹੋ ਜਾਵੇਗਾ। ਆਓ ਆਉਂਦੇ ਪਿਆਰੇ, ਆਖਰੀ ਸ਼ਬਦ ਗਾਇਨ ਕਰਨਾ ਹੈ। ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਣ। ਆਓ ਸਾਰੀ ਸੰਗਤ ਹੀ ਰਲ ਕੇ ਗੁਰੂ ਦੀ ਬਾਣੀ ਦਾ ਕੀਰਤਨ ਕਰਨਾ ਹੈ, ਆਖਰੀ ਸ਼ਬਦ ਗਾਇਨ ਕਰਨਾ ਹੈ ਬੜੇ ਪਿਆਰ ਦੇ ਨਾਲ।
ਸੱਜਣ ਮੇਰੇ ਰੰਗਣੇ, ਸੱਜਣ ਮੇਰੇ ਰੰਗਣੇ, ਸੱਜਣ ਮੇਰੇ ਰੰਗਣੇ, ਸੱਜਣ ਮੇਰੇ ਰੰਗਣੇ, ਜਾਏ ਸੁਖੇ ਜੀਰਾ, ਜਾਏ ਸੁਖੇ ਜੀਰਾ, ਜਾਏ ਸੁਖੇ ਜੀਰਾ, ਸੱਜਣ ਮੇਰੇ ਰੰਗਣੇ, ਸੱਜਣ ਮੇਰੇ ਸੱਜਣ ਮੇਰੇ ਰੰਗਣੇ, ਸੱਜਣ ਮੇਰੇ ਰੰਗਣੇ, ਜਾਏ ਸੁਤੇ ਜੀਰਾ, ਜਾਏ ਸੁਤੇ ਜੀਰਾ, ਜਾਏ ਸੁਤੇ ਜੀਰਾ, ਜਾਏ ਸੁਤੇ ਜੀਰਾ, ਸੱਜਣ ਮੇਰੇ ਰੰਗਣੇ, ਨਾਚੀਏ ਦਿਨ ਚਾਰ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਪਾਵਨ ਪਵਿੱਤਰ ਚਰਨਾ ਕਮਲਾਂ ਵਿੱਚ ਇਸ ਵੇਲੇ ਅਰਦਾਸ ਬੇਨਤੀ ਜੋਦਰੀ ਸਤਿਗੁਰ ਜੀ ਆਪ ਜੀ ਨੇ ਮਹਾਂਵਾਕ ਅਨੁਸਾਰ ਜਿਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਹੇ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ ਆਗਿਆ ਆਵੇ ਆਗਿਆ ਜਾਏ ਦੇ ਮਹਾਂਵਾਕ ਅਨੁਸਾਰ ਸਤਿਗੁਰ ਜੀ ਦਰ ਘਰ ਦੇ ਸੇਵਕ ਗੁਰਮੁਖ ਪਿਆਰੇ ਸਰਦਾਰ ਜਗਤਾਰ ਸਿੰਘ ਜੀ ਮੰਦਲ ਸਤਿਗੁਰੂ ਜੀ ਆਪ ਜੀ ਨੇ ਜਿੰਨੀ ਕੁ ਸਵਾਸਾਂ ਦੀ ਪੂੰਜੀ ਬਖਸ਼ਿਸ਼ ਕੀਤੀ ਸੀ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਕੁਛ ਰੋਜ਼ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ। ਸਤਿਗੁਰੂ ਜੀ ਉਹਨਾਂ ਦੀ ਰੂਹ ਦੀ ਸ਼ਾਂਤੀ ਵਾਸਤੇ ਰੂਹ ਦੀ ਕਲਿਆਣਤਾ ਵਾਸਤੇ ਉਹਨਾਂ ਦੇ ਗੁਰਮੁਖ ਪਰਿਵਾਰ ਸਰਦਾਰ ਗੁਰਮੀਤ ਸਿੰਘ ਜੀ ਅਤੇ ਸਮੂਹ ਪਰਿਵਾਰ ਵੱਲੋਂ ਬੱਚਿਆਂ ਵੱਲੋਂ ਰਲ ਮਿਲ ਕੇ ਸਤਿਗੁਰੂ ਜੀ ਆਪ ਜੀ ਦੇ ਪਾਵਨ ਪਵਿੱਤਰ ਸੋਹਣੇ ਸਰੂਪ ਆਪਣੇ ਗ੍ਰਹਿ ਵਿਖੇ ਲਿਆਣ ਕਰਕੇ ਆਪ ਜੀ ਦੇ ਘਰ ਦੀ ਬਾਣੀ ਰੱਬੀ ਬਾਣੀ ਇਲਾਹੀ ਬਾਣੀ ਧੁਰਕੀ ਬਾਣੀ ਆਈ ਤਿਨਸੰਗਲੀ ਚਿੰਤ ਮਿਟਾਈ ਪਾਵਨ ਪਵਿੱਤਰ ਗੁਰਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਸਨ। ਸਤਿਗੁਰੂ ਜੀ ਭੋਗਾਂ ਤੋਂ ਉਪਰੰਤ ਸੋਹਣੇ ਪੰਡਾਲਾਂ ਵਿੱਚ ਸਤਿਗੁਰੂ ਜੀ ਆਪ ਜੀ ਦੀ ਪਵਿੱਤਰ ਗੁਰਬਾਣੀ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੇ ਲਾਏ ਧਿਆਨਾਂ ਦੇ ਮਹਾਂਵਾਕ ਅਨੁਸਾਰ ਸਤਿਗੁਰੂ ਜੀ ਪਵਿੱਤਰ ਗੁਰਬਾਣੀ ਦੇ ਕੀਰਤਨ ਦੇ ਵਾਨ ਸੱਜੇ ਸਤਿਗੁਰੂ ਜੀ ਕਿਰਪਾ ਕਰਨੀ ਗੁਰਬਾਣੀ ਪੜ੍ਹੀ ਸੁਣਨ ਦਾ ਫਲਾ ਦੇਸ਼ ਵਿਛੜੀ ਨੂੰ ਵਿਛੜੀ ਆਤਮਾ ਸਰਦਾਰ ਜਗਤਾਰ ਸਿੰਘ ਜੀ ਦੀ ਆਤਮਾ ਨੂੰ ਬਖਸ਼ਿਸ਼ ਕਰਨਾ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਸ਼ ਕਰਨਾ ਸੱਚਖੰਡ ਵਿੱਚ ਨਿਵਾਸ ਬਖਸ਼ਿਸ਼ ਕਰਨਾ ਟੇਡੀਆਂ ਮੇਡੀਆਂ ਜੁਨਾਂ ਤੋਂ ਬਚਾ ਕੇ ਰੱਖਣਾ ਆਪਣੇ ਚਰਨੀ ਲਾ ਕੇ ਰੱਖਣਾ ਪਿੱਛੇ ਪਰਿਵਾਰ ਨੂੰ ਭਾਣਾ ਮੰਨ ਦਾ ਬਲ ਬਖਸ਼ਿਸ਼ ਕਰਨਾ ਸਤਿਗੁਰੂ ਜੀ ਪਰਿਵਾਰ ਵਿੱਚ ਆਉਣ ਵਾਲਾ ਸਮਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਲਾ ਲੈ ਕੇ ਆਉਣਾ ਬੱਚਿਆਂ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣਾ ਦੇਸਾਂ ਪ੍ਰਦੇਸਾਂ ਵਿੱਚ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਸਮੂਹ ਪਰਿਵਾਰ ਵਿੱਚ ਸੰਦੂਕ ਇਤਫਾਕ ਤੇ ਪਿਆਰ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਬਾਣੀ ਬਾਣੀ ਦਾ ਪਿਆਰ ਬਖਸ਼ਿਸ਼ ਕਰਨਾ ਸਤਿਗੁਰੂ ਜੀ ਇਸ ਵੇਲੇ ਕਰੋ ਕਿਰਪਾ ਸਤਿਗੁਰੂ ਜੀ ਆਈਆਂ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਕਦਮ ਕਦਮ ਸਵਾਸ ਸਵਾਸ ਲਿਖੇ ਵਿਚਲਾਉਣਾ ਤਿਲ ਫੁਲ ਭੇਟਾ ਪ੍ਰਵਾਨ ਕਰਨੀ ਦਰੋਂ ਘਰੋਂ ਨਾਮਦਾਨ ਦੀਆਂ ਦਾਤਾਂ ਗੁਰਸਿੱਖੀ ਜੀਵਨ ਦੀਆਂ ਦਾਤਾਂ ਬਖਸ਼ਿਸ਼ ਕਰਨੀ ਸਤਿਗੁਰੂ ਜੀ ਆਪ ਜੀ ਦੀ ਸਮੁੱਚੀ ਸੇਵਾ ਨਿਭਾਉਂਦਿਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਤਰੁੱਟੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਜਾਣ ਕੇ ਮਾਫ਼ ਕਰਨ ਆਗੂਆਂ ਤੋਂ ਸ਼ੁੱਧ ਤੇ ਸਪੱਟ ਬਾਣੀ ਪੜ੍ਹਨ ਦੇ ਸੇਵਾਦਾਰਾਂ ਨੂੰ ਸੇਵਾ ਕਰਨ ਦੇ ਵੱਲ ਬਖਸ਼ਿਸ਼ ਕਰਨੇ ਸਤਿਗੁਰੂ ਜੀ ਕਰੋ ਕਿਰਪਾ ਪਾਵਨ ਪਵਿੱਤਰ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਉਪਰੰਤ ਹੁਕਮਨਾਮੇ ਦੇ ਚਰਨ ਦੀ ਬਲ ਬੁੱਧੀ ਸਮਰੱਥਾ ਬਖਸ਼ਿਸ਼ ਕਰੋ ਜੀ ਕਰੋ ਕਿਰਪਾ ਜੋ ਜੀ ਆਪ ਦਰਤੇ ਆਵੇ ਸੁਰਾਜੀ ਜਾਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਸੀ ਪਿਆਰੇ ਮੈਨੂੰ ਜਿਨ੍ਹਾਂ ਮੈਂ ਤੇਰਾ ਨਾਮ ਦਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਮੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਇਆਲਾ ਗੁਣ ਗਾਵਾ ਰੰਗ ਰਾਤਾ ਰਹਾਓ ਸਤਿਗੁਰ ਨਾਮ ਧਾਰ ਦਿੜਾਇਆ
ਚਿੰਤਾ ਸਗਲ ਬਿਰਾਸੇ ਕਰ ਕਿਰਪਾ ਆਪਣੋ ਕਰ ਲੀਲਾ ਮਨ ਵਸਿਆ ਅਵਨਾਸੀ ਤਾਂ ਕੋ ਬਿਗੜ ਨਾ ਕੋ ਲਗਾ ਜੋ ਸਤਿਗੁਰ ਆਪਣੇ ਰੱਖੇ ਚਰਨ ਕਮਲ ਬਸੇ ਹਿਰਦ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪਾਵੇ ਆਪਣੇ ਜਿਨ ਮਨ ਕੀ ਇੱਛ ਪੁਜਾਈ ਨਾਨਕ ਦਾਸ ਤੰਕ ਬਲਹਰ ਜਿਨ ਪੂਰਨ ਪੈਜ ਰਖਾਈ ਕਰ ਸੇਵਾ ਸੇਵਕ ਪ੍ਰਭੇ ਆਪਣੇ ਜਿਨ ਮਨ ਕੀ ਇੱਛ ਪੁਜਾਈ ਨਾਨਕ ਦਾਸ ਤੰਕ ਬਲਹਰ ਜਿਨ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਫਤਿਹ ਸਾਂਝੇ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਹੀ ਸਾਰੀ ਸਾਧ ਸੰਗਤ ਸਾਡੇ ਛੋਟੇ ਵੀਰ ਸਰਦਾਰ ਜਗਤਾਰ ਸਿੰਘ ਜੀ ਹੁੰਦੜ ਜਿਹੜੇ ਪਿਛਲੇ ਦਿਨੀ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇਖ ਕੇ ਉਸ ਅਕਾਲ ਪੁਰਖ ਦੇ ਚਰਨਾਂ ਚ ਜਾ ਬਰਾਜੇ ਨੇ ਬੜਾ ਦੁਖਦਾਈ ਸਮਾਂ ਹੈ ਜੇ ਗੱਲ ਕਰੀਏ ਉਹਨਾਂ ਦੇ ਜੀਵਨ ਬਾਰੇ ਤਾਂ ਬਹੁਤ ਹੀ ਛੋਟੀ ਆਜੂ ਦੇ ਵਿੱਚ ਬੜੀ ਛੋਟੀ ਉਮਰ ਦੇ ਵਿੱਚ 1967 ਦੇ ਵਿੱਚ ਜਨਮੇ ਸਰਦਾਰ ਚਰਨ ਸਿੰਘ ਮਾਤਾ ਮਹਿੰਦਰ ਕੌਰ ਦੇ ਘਰ ਜਨਮੇ ਪੰਜਾਂ ਚੋਂ ਪੰਜਾਂ ਭੈਣ ਭਰਾਵਾਂ ਚੋਂ ਸਾਹ ਜਗਤਾਰ ਸਿੰਘ ਅਸੀਂ ਸਮਝਦੇ ਹਾਂ ਵੀ 57 ਸਾਲ ਦੀ ਉਮਰ ਦੇ ਵਿੱਚ ਇਹ ਸਾਰੇ ਪਰਿਵਾਰ ਨੂੰ ਸਾਰੇ ਸਾਕ ਸੰਬੰਧੀਆਂ ਨੂੰ ਵਿਛੋੜਾ ਦੇ ਦਿੱਤਾ। ਹੁਣ ਗੱਲ ਕਰੀਏ ਬਈ ਮੌਤ ਤਾਂ ਸਮੇਂ ਸਮੇਂ ਦੀ ਚੰਗੀ ਲੱਗਦੀ ਹੈ ਬਿਨਾਂ ਸ਼ੱਕ ਗੁਰਬਾਣੀ ਦੇ ਵਿੱਚ ਦਰਜ ਹੈ ਜੋ ਉਪਜਿਆ ਸੋ ਬਿਨਸ ਹੈ ਜੋ ਵੀ ਪ੍ਰਾਣੀ ਇਸ ਸੰਸਾਰ ਤੇ ਆਇਆ ਤੇ ਉਹਦਾ ਜਾਣਾ ਤੈਅ ਹੈ ਪਰ ਮੌਤ ਵੀ ਇੱਕ ਸਮੇਂ ਦੀ ਚੰਗੀ ਹੁੰਦੀ ਹੈ ਇਹ ਆਪਾਂ ਯਾਦ ਕਰੀਏ ਸਾਰੇ ਹੀ ਐਲਾਨੀਆਂ ਦਾ ਜਦੋਂ ਪਾਠ ਹੁੰਦਾ ਉਹਦੇ ਵਿੱਚ ਦਰਜ ਹੈ ਇੱਕ ਸਮਾਂ ਹੁੰਦਾ ਸੀ ਜਦੋਂ ਅਸੀਂ ਸਾਰੇ ਹੀ ਜਿਹੜੇ ਪੁਰਾਣੇ ਅਸੀਂ ਬੈਠੇ ਹਾਂ ਨਵਿਆਂ ਨੂੰ ਨਹੀਂ ਪਤਾ ਹੁੰਦਾ ਜਦੋਂ ਕੋਈ ਮੌਤ ਸਾਡੇ ਘਰਾਂ ਦੇ ਵਿੱਚ ਹੁੰਦੀ ਸੀ ਤਾਂ ਸਾਰੇ ਜਣੇ ਜਿੰਨੇ ਵੀ ਸਾਕ ਸੰਬੰਧੀ ਜਦੋਂ ਇਕੱਠੇ ਹੁੰਦੇ ਸੀ ਤਾਂ ਇੱਕ ਉਹਨੂੰ ਲਾਗਣ ਕਹਿ ਲਈਏ ਉਹਨੂੰ ਫੱਫੇ ਕੁੱਟਣੀ ਕਹਿ ਲਈਏ ਤਾਂ ਬਹੁਤ ਜ਼ੋਰ ਜ਼ੋਰ ਦੀ ਪੱਟਾਂ ਤੇ ਛਾਤੀ ਤੇ ਹੱਥ ਮਾਰ ਕੇ ਅਸੀਂ ਉਸ ਰੱਬ ਨੂੰ ਪਰੋਸਦੇ ਸੀ ਵੀ ਕਿਹੋ ਜਿਹੀ ਵਿਧੀ ਬਣਾਈ ਹੈ। ਖਾਸ ਕਰਕੇ ਅੱਜ ਦੇਖੀਏ ਜਗਤਾਰ ਸਿੰਘ ਦੀ ਉਮਰ ਵੱਲ ਤਾਂ ਫਿਰ ਉਸ ਰੱਬ ਨੂੰ ਪੂਛਣ ਵਾਲੀ ਗੱਲ ਆ ਵੀ ਕਿਹੜੀ ਉਮਰ ਦੇ ਵਿੱਚ ਜਿਹੜਾ ਉਸ ਜਗਤਾਰ ਸਿੰਘ ਨੂੰ ਖੋਲਿਆ ਸੋ ਉਹਦੇ ਜੀਵਨ ਬਾਰੇ ਗੱਲ ਕਰੀਏ ਬਈ ਜਗਤਾਰ ਸਿੰਘ ਦਾ ਜਿਹੜਾ ਜਨਮ 1967 ਦੇ ਵਿੱਚ ਹੁੰਦਾ
ਤੇ ਸਕੂਲ ਦੇ ਵਿੱਚ ਆਪਣੀ ਪੜ੍ਹਾਈ ਪੂਰੀ ਕਰਦਾ ਹੈ 10ਵੀਂ ਤੋਂ ਉਦੋਂ ਮਗਰੋਂ ਪਲੱਸ 2 ਤਾਂ ਫਿਰ ਉਹ ਨੌਕਰੀ ਲਈ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੁੰਦਾ ਹੈ ਤਾਂ ਉਹਦਾ ਵਿਆਹ ਲਗਭਗ 90 ਦੇ ਵਿੱਚ ਹੀ 87 ਦੇ ਵਿੱਚ ਉਹਦਾ ਵਿਆਹ ਖੀਰਾਂ ਵਾਲੀ ਦੇ ਵਿੱਚ ਜਸਵੀਰ ਕੌਰ ਨਾਲ ਹੁੰਦਾ ਤੇ ਉਹਦੇ ਮਗਰੋਂ ਬਹੁਤ ਹੀ ਹੋਣਹਾਰ ਦੋ ਬੱਚਿਆਂ ਨੂੰ ਉਹ ਉਹਨਾਂ ਦੇ ਮਤਲਬ ਮਾਤਾ ਪਿਤਾ ਬਣਦੇ ਨੇ ਤਾਂ ਅਸੀਂ ਬਹੁਤ ਨੇੜੇ ਹੋ ਖਾਸ ਕਰਕੇ ਮੇਰਾ ਜਿਹੜਾ ਰਿਸ਼ਤਾ ਇਸ ਪਰਿਵਾਰ ਨਾਲ ਰਿਹਾ ਮੈਂ ਬਿਜਲੀ ਬੋਰਡ ਦੇ ਵਿੱਚ ਇੱਥੇ ਨੌਕਰੀ ਕਰਦਾ ਸੀ ਤਾਂ ਉਦੋਂ ਤੋਂ ਸਮਝਦੋ ਵੀ ਜਗਤਾਰ ਸਿੰਘ ਸਾਡੇ ਤੋਂ 6-7 ਸਾਲ ਛੋਟਾ ਇਸ ਪਰਿਵਾਰ ਦੇ ਵਿੱਚ ਆਉਣਾ ਜਾਣਾ ਹੋਇਆ ਸਾਡੀ ਇੱਥੇ ਡਿਊਟੀ ਨੇੜੇ ਹੀ ਹੁੰਦੀ ਸੀ ਤਾਂ ਜਗਤਾਰ ਸਿੰਘ ਨੇ ਦੇਖਦੇ ਰਹਿਣਾ ਵੀ ਅਸੀਂ ਕਿਤੇ ਇੱਥੋਂ ਲੰਘ ਨਾ ਜਾਈਏ ਤਾਂ ਉਹਨਾਂ ਨੇ ਘਰ ਗੱਲ ਕਰਨੀ ਵੀ ਅੱਜ ਲੰਘ ਕੇ ਆਏ ਨੀ ਸਾਡੇ ਡੇਰੇ ਤਾਂ ਅਸੀਂ ਅਕਸਰ ਹੀ ਰੋਜ਼ ਹੀ ਮਿਲਦੇ ਹੁੰਦੇ ਸੀ ਬਹੁਤ ਹੀ ਸਾਊ ਸੁਭਾਅ ਦਾ ਬਹੁਤ ਹੀ ਮਿੱਠ ਬੋਲਣਾ ਜਿਵੇਂ ਦੱਸ ਕੇ ਗਏ ਨੇ ਮੇਰੇ ਤੋਂ ਪਹਿਲਾਂ ਕੀਰਤੀ ਜਥਾ ਇਹੋ ਜਿਹੇ ਸੁਭਾਅ ਦਾ ਮਾਲਕ ਜਗਤਾਰ ਸਿੰਘ ਸੋ ਬਹੁਤ ਦੁਖਦਾਈ ਤੇ ਅਸਹਿ ਮੌਤ ਆ ਮੈਨੂੰ ਦੱਸਿਆ ਉਹਦਾ ਬਹੁਤ ਹੀ ਨੇੜਿਓ ਸੀ ਸ਼ਿਵ ਕੁਮਾਰ ਲਾਡੀ ਜਿਹਨਾਂ ਦਾ ਰੰਗ ਦਾ ਕੰਮ ਹੈ ਇੱਥੇ ਉਹਦੇ ਨਾਲ ਬਹੁਤ ਮਿੱਤਰਤਾ ਸੀ ਉਹਦੀ ਉਹਨੇ ਦੱਸਿਆ ਵੀ ਜਦੋਂ ਜਾਣ ਤੋਂ ਪਹਿਲਾਂ ਉਹ ਕਹਿੰਦਾ ਸੀ ਵੀ ਮੇਰਾ ਜੀ ਨਹੀਂ ਕਰਦਾ ਇੱਥੇ ਅਮਰੀਕਾ ਜਾਣ ਦਾ ਮਾਮਾ ਜੀ ਦਾ ਬੇਟਾ ਮੈਨੂੰ ਹੁਣੇ ਮਿਲਿਆ ਥੋੜੀ ਦੇਰ ਹੋਈ ਉਹਨੇ ਵੀ ਦੱਸਿਆ ਵੀ ਮੈਨੂੰ ਵੀ ਕਹਿ ਰਿਹਾ ਸੀ ਯਾਰ ਮੇਰਾ ਇੱਥੇ ਜਾਣ ਨੂੰ ਜੀ ਨਹੀਂ ਕਰਦਾ ਉੱਥੋਂ ਵੀ ਫੋਨ ਆਉਂਦਾ ਮੈਂ ਆ ਜਾਣਾ ਛੋਟਾ ਭਾਈ ਗੁਰਮੀਤ ਸਿੰਘ ਉਹਦੇ ਬੇਟੇ ਦਾ ਵਿਆਹ ਰੱਖਿਆ ਹੋਇਆ ਉਹਦਾ ਵਿਆਹ ਤੈਅ ਸੀ ਆਉਣ ਦੀਆਂ ਤਿਆਰੀਆਂ ਸੀ ਪਰ ਇਹੋ ਜਿਹੀ ਮੌਤ ਹੋਈ ਹੈ ਬਹੁਤ ਹੀ ਮਾਮੂਲੀ ਜਿਹੀ ਤਕਲੀਫ ਹੁੰਦੀ ਹੈ ਤਕਲੀਫ ਤੋਂ ਬਾਅਦ ਮੌਕਾ ਹੀ ਨਹੀਂ ਮਿਲਦਾ ਵੀ ਕਿਤੇ ਹਸਪਤਾਲ ਦੇ ਵਿੱਚ ਜਾ ਕੇ ਹੁੰਦਾ ਅਮਰੀਕਾ ਵਰਗੇ ਦੇਸ਼ ਦੇ ਵਿੱਚ ਉਹ ਰਹਿੰਦਾ ਸੀ ਉੱਥੇ ਚੰਗਾ ਇਲਾਜ ਹੋ ਸਕਦਾ ਸੀ ਪਰ ਸਮਾਂ ਤੈਅ ਸੀ ਜਿਵੇਂ ਮੌਤ ਖਿੱਚ ਕੇ ਲੈ ਕੇ ਜਾਂਦੀ ਹੈ ਕਹਿੰਦੇ ਵੀ ਸਮਾਂ ਤੇ ਸਥਾਨ ਮੌਤ ਟਾਲਦੀ ਨਹੀਂ ਉਸੇ ਤਰ੍ਹਾਂ ਹੀ ਸਾਡੇ ਜਗਤਾਰ ਸਿੰਘ ਨਾਲ ਹੋਇਆ ਵੀ ਇੱਥੋਂ ਖਿੱਚ ਕੇ ਉਹਦੇ ਇਰਾਦਿਆਂ ਤੋਂ ਵੀ ਉਹਦੇ ਮਨ ਨਹੀਂ ਸੀ ਕਰਦਾ ਵੀ ਮੈਂ ਅਮਰੀਕਾ ਨੂੰ ਜਾਵਾਂ ਪਰ ਮੌਤ ਖਿੱਚ ਕੇ ਅਮਰੀਕਾ ਲੈ ਜਾਂਦੀ ਹੈ ਸੋ ਇਹੋ ਜਿਹੀ ਮੌਤ ਅਸੀਂ ਸਮਝਦੇ ਹਾਂ ਬੜੀ ਅਸਹਿ ਅਕਹਿ ਮੌਤ ਆ ਨਾ ਝੱਲਣ ਵਾਲੀ ਮੌਤ ਆ ਸਾਰਿਆਂ ਨੂੰ ਸਾਰੇ ਸਾਖ ਸੰਬੰਧੀ ਅੱਜ ਦੇਖਿਆ ਜਾ ਸਕਦਾ ਹੈ ਵੀ ਬੜਾ ਗਮਗੀਨ ਮਾਹੌਲ ਆ ਬੱਚੇ ਉੱਥੇ ਤਕਲੀਫ਼ 'ਚ ਨੇ ਸਾਡੀ ਉਹ ਭੈਣ ਉੱਥੇ ਤਕਲੀਫ਼ 'ਚ ਆ ਬਾਕੀ ਪਰਿਵਾਰ ਇੱਥੇ ਬੈਠਾ ਸਮਝੋ ਵੀ ਇਹੋ ਜਿਹਾ ਸਮਾਂ ਹੋ ਸਕਦਾ ਹੈ ਸੋ ਬਹੁਤੀ ਦੂਰ ਨਾ ਜਾਵਾਂ ਹੁਣ ਪਰਿਵਾਰ ਵੱਲੋਂ ਸਾਡੇ ਨਜ਼ਦੀਕੀ ਵੀ ਨੇ ਪਰਿਵਾਰ ਦੇ ਰਿਸ਼ਤੇਦਾਰ ਸਾਹਿਬ ਅਜਮੇਰ ਸਿੰਘ ਜੀ ਖਾਲਸਾ ਸ਼ੇਰਵਾਲੀਆ ਉਹ ਆਏ ਸਾਰੀਆਂ ਸੰਗਤਾਂ ਧੰਨਵਾਦ ਕਰਨਗੇ ਸਾਡੇ MLA ਸਾਹਿਬ ਹਰਦੀਪ ਸਿੰਘ ਜੀ ਲਾਡੀ ਸ਼ੇਰਵਾਲੀਆ ਉਹ ਵੀ ਆਏ ਸੀ ਸ਼ਰਧਾਂਜਲੀ ਦੇਣ ਲਈ ਪਰ ਇਸੇ ਸਮੇਂ ਦੇ ਵਿੱਚ ਹੀ ਇੱਥੇ ਇੱਕ ਹੋਰ ਮੌਤ ਹੋਈ ਹੋਈ ਹੈ ਉੱਥੇ ਵੀ ਪਹੁੰਚਣਾ ਬੜਾ ਜ਼ਰੂਰੀ ਸੀ ਬਚਿੱਤਰ ਸਿੰਘ ਜੀ ਕੁਹਾੜ ਵੀ ਆਪਣੀ ਹਾਜ਼ਰੀ ਲਵਾ ਕੇ ਗਏ ਨੇ ਸੋ ਮੈਂ ਬੇਨਤੀ ਕਰੂੰਗਾ ਸਾਹਿਬ ਅਜਮੇਰ ਸਿੰਘ ਜੀ ਖਾਲਸਾ ਉਹ ਵੀ ਆ ਕੇ ਜਿਹੜੀ ਉਹ ਆਈਆਂ ਸੰਗਤਾਂ ਧੰਨਵਾਦ ਕਰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਬਿਰਾਜਮਾਨ ਅੱਜ ਦੀ ਇਸ ਸੋਗ ਸਭਾ 'ਚ ਗੁਰੂ ਰੂਪ ਪਿਆਰੇ ਸਾਧ ਸੰਗਤ ਜੀ ਉਹ ਫਤਿਹ ਅਰਜ਼ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਪ੍ਰਧਾਨ ਜੀ ਬਲਵੰਤ ਸਿੰਘ ਨੇ ਬਹੁਤ ਡਿਟੇਲ 'ਚ ਕਿਉਂਕਿ ਪਰਿਵਾਰ ਵਿੱਚ ਵਿਚਰਦੇ ਸਨ ਕਾਫ਼ੀ ਕੁਛ ਦੱਸਿਆ ਲੇਕਿਨ ਗੁਰਬਾਣੀ ਦਾ ਫਰਮਾਨ ਹੈ
ਦਰਿਆਵੇ ਕੰਨਾ ਫਰੀਦਾ ਦਰਿਆਵੇ ਕੰਨੇ ਬੰਗਲਾ ਬੈਠਾ ਕੇਲ ਕਰੇ ਕੇਲ ਕਰੇਂਦੇ ਹੰਜ ਨੂੰ ਅਚਿੰਤੇ ਬਾਜ ਪਏ ਤਿਸ ਰੱਬ ਤੇ ਕੇਲਾਂ ਵਿਸਰੀਆਂ ਜੋ ਮਨ ਚੇਤਨਾ ਚੇਤੇ ਸਨ ਸੋ ਗਾਲੀ ਰੱਬ ਰੱਬਾਂ। ਅੱਜ ਇਸੇ ਤਰ੍ਹਾਂ ਜੋ ਗੁਰੂ ਮਹਾਰਾਜ ਦਾ ਫਰਮਾਨ ਹੈ ਜੋ ਕਿ ਪਰਿਵਾਰ ਦੇ ਵਿੱਚ ਜਾਤ ਚਿਤਵਦੀ ਸੀ ਹੱਸਦੇ ਖੇਡਦੇ ਹਜੇ ਸਮਾਂ ਵੀ ਨਹੀਂ ਸੀ ਪਰ ਦਾਦੀ ਨੇ ਦੱਸਿਆ ਕੋਈ ਜਿੰਨੀ ਉਮਰ ਹੈ 57-58 ਸਾਲ ਇਸ ਦੇ ਵਿੱਚ ਤੇ ਸੁੱਖ ਲੈਣ ਦਾ ਸਮਾਂ ਹੀ ਆਉਂਦਾ ਤੇ ਪਰਿਵਾਰ ਦੇ ਵਿੱਚ ਜ਼ਰੂਰਤਾਂ ਜੋ ਹਨ ਉਹ ਤਾਂ ਖਤਮ ਹੁੰਦੀਆਂ ਨਹੀਂ ਲੇਕਿਨ ਸਮੇਂ ਦੇ ਨਾਲ ਇਨਸਾਨ ਜਾਵੇ ਤਾਂ ਮਨ ਦੇ ਵਿੱਚ ਥੋੜ੍ਹਾ ਜਜ਼ਬਾ ਆ ਜਾਂਦਾ ਵੀ ਚਲੋ ਜੋ ਪਰਮਾਤਮਾ ਨੂੰ ਮਨਜ਼ੂਰ ਪਰ ਇੱਥੇ ਆ ਕੇ ਤਾਂ ਸਟੇਜ ਹੀ ਵੱਖਰੀ ਹੈ। ਹਜੇ ਜ਼ਿੰਮੇਵਾਰੀ ਵੀ ਸਾਰੀ ਜੋ ਪਰਿਵਾਰ ਦੀ ਸੀ ਉਹ ਰਹਿੰਦੀ ਸੀਗੀ ਕਿਉਂਕਿ ਸਾਡਾ ਬਾਪੂ ਜੀ ਬਚਨ ਸਿੰਘ ਉਤੋਂ ਬਾਅਦ ਭਾਜੀ ਚਰਨ ਸਿੰਘ ਉਤੋਂ ਬਾਅਦ ਇਹ ਤੀਜੀ ਪੀੜ੍ਹੀ ਦਾ ਜੋੜ ਹੈ ਮੇਲ ਹੈ ਸ਼ੇਰਵਾਲੀਆ ਪਰਿਵਾਰ ਦਾ ਹਰ ਦੁੱਖ ਸੁੱਖ ਜੋ ਹੈ ਇਹਨਾਂ ਦੇ ਨਾਲ ਸਾਡਾ ਇਹ ਬੰਡਾਲੀਆ ਪਰਿਵਾਰ ਹੁੰਦਲ ਪਰਿਵਾਰ ਦੇ ਨਾਲ ਸਾਂਝਾ ਸੀਗਾ ਅੱਜ ਬਹੁਤ ਹੀ ਦੁੱਖ ਦੀ ਘੜੀ ਵਿੱਚ ਆਪਾਂ ਇਕੱਠੇ ਹੋਏ ਹਾਂ। ਜੋ ਪਰਮਾਤਮਾ ਮਨਜ਼ੂਰ ਹੈ ਹੁੰਦਾ ਤਾਂ ਉਹੀ ਹੈ ਕਿਉਂਕਿ ਮਰਨ ਲਿਖਾਏ ਮੰਡਲ ਮੈਂ ਆਏ ਪਰ ਗਲਤ ਵਿੱਚੋਂ ਇਹ ਆਵੇ ਉਹ ਸ਼ਕਤੀ ਵੀ ਉਹੀ ਦਿੰਦਾ ਇਹਨੂੰ ਸਹਿਣ ਕਰਨ ਦੀ ਕਿੱਥੇ ਵਿਦੇਸ਼ ਜਾ ਕੇ ਇੱਥੇ ਪੈਦਾ ਹੋਏ ਕਿੱਥੇ ਵਿਦੇਸ਼ 'ਚ ਗਏ ਵਿਦੇਸ਼ ਜਾ ਕੇ ਉੱਥੇ ਉਹਨਾਂ ਦਾ ਸਥਾਨ ਨਿਸ਼ਚਿਤ ਸੀ ਉਹਨੂੰ ਕੋਈ ਬਦਲ ਨਹੀਂ ਸੀ ਸਕਦਾ। ਇਹ ਮੇਰਾ ਵੀ ਬਹੁਤ ਹੀ ਚੰਗੇ ਸੁਭਾਅ ਦਾ ਕਿਉਂਕਿ ਤਿੰਨਾਂ ਪੀੜ੍ਹੀਆਂ 'ਚੋਂ ਮਿਲਵਰਤਨ ਹਰ ਦੁੱਖ ਸੁੱਖ ਸਾਂਝਾ ਇੱਕ ਦੂਜੇ ਕੋਲ ਆਉਂਦੇ ਜਾਂਦੇ ਸਨ ਬੜਾ ਹੀ ਮਿੱਠਾ ਸੁਭਾਅ। ਜਿਸ ਵੀ ਅਫਸਰ ਦੇ ਕੋਲ ਨਾਲ ਇਹ ਕੰਮ 'ਤੇ ਜਾਂਦੇ ਸੀਗੇ ਉਹ ਇਹ ਚਾਹੁੰਦੇ ਹੋਏ ਵੀ ਅਫਸਰ ਇਹਨਾਂ ਨੂੰ ਛੱਡਦਾ ਹੀ ਨਹੀਂ ਸੀ ਇੰਨਾ ਪਿਆਰ ਇੰਨੀ ਲਗਨ ਦੇ ਨਾਲ ਆਪਣੇ ਕੰਮ ਨੂੰ ਭੁਗਤਾਉਂਦੇ ਸੀ। ਹੁਣ ਸਾਨੂੰ ਬੜੀ ਖੁਸ਼ੀ ਸੀ ਭਾਜੀ ਚਰਨ ਸਿੰਘ ਜਿੱਦਾਂ ਵਿਚਰਦੇ ਸੀ ਸਾਰੇ ਰਿਸ਼ਤੇਦਾਰਾਂ ਦੇ ਵਿੱਚ ਇਸੇ ਤਰ੍ਹਾਂ ਹੀ ਹੁਣ ਜਗਤਾਰ ਸਿੰਘ ਨੇ ਇਹ ਆਪਣੀ ਜ਼ਿੰਮੇਵਾਰੀ ਬਾਖੂਬੀ ਸੰਭਾਲੀ ਹਰ ਥਾਂ ਨੂੰ ਸਮਝਦਾ ਸੀ ਪੜ੍ਹਿਆ ਲਿਖਿਆ ਸੀਗਾ ਹਰ ਥਾਂ ਨੂੰ ਸਮਝਦਾ ਸੀ ਹਰ ਇੱਕ ਨਾਲ ਪਿਆਰ ਕਰਦਾ ਸੀ ਜਿੱਦਾਂ ਬਲਵੰਤ ਸਿੰਘ ਜੀ ਨੇ ਦੱਸਿਆ ਵੀ ਉਹ ਪਿਆਰ ਦੇ ਵਿੱਚ ਹੀ ਆ ਵੀ ਬੰਦਾ ਕੋਲ ਦੀ ਲੰਘ ਕਿਉਂ ਜਾਵੇ ਕਿਉਂ ਨਹੀਂ ਮਿਲ ਕੇ ਗਿਆ। ਅੱਜ ਬਹੁਤ ਹੀ ਦੁੱਖ ਦਾ ਸਮਾਂ ਹੈ ਤੁਸੀਂ ਸਾਰੇ ਸੰਗਤ ਨੇ ਅਰਦਾਸ ਵਿੱਚ ਸ਼ਾਮਿਲ ਹੋ ਕੇ ਮੇਰੇ ਉਸ ਵੀਰ ਨੂੰ ਛੋਟੇ ਭਤੀਜੇ ਨੂੰ ਉਹਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਨੇ ਮੈਨੂੰ ਵੀ ਹੁਕਮ ਹੋਇਆ ਕਿ ਤੁਸੀਂ ਵੀ ਦੋ ਲਫ਼ਜ਼ ਬੈਠੋ ਬੋਲੋ। ਹਰਦੇਵ ਸਿੰਘ ਲਾਡੀ ਉਹ ਦੱਸਿਆ ਜੀ ਬਲਵੰਤ ਸਿੰਘ ਜੀ ਨੇ ਵੀ ਇੱਥੇ ਸਾਡੇ ਇੱਥੇ ਹੀ ਇੱਕ ਵਰਗ ਹੋਰ ਹੋਈ ਸੀ ਉੱਥੇ ਭੋਗ ਸੀਗਾ ਉੱਥੇ ਵੀ ਗਏ ਤੇ ਮੈਨੂੰ ਕਹਿ ਕੇ ਗਏ ਵੀ ਭਾਈ ਹਾਜ਼ਰ ਮੇਰੀ ਵੀ ਲਵਾ ਦਿਓ ਜੋ ਕਿ ਬਲਵੰਤ ਸਿੰਘ ਜੀ ਨੇ ਵੀ ਲਵਾਈ ਸੀ। ਸੋ ਅਸੀਂ ਵੀ ਇਸ ਅਰਦਾਸ ਵਿੱਚ ਸ਼ਾਮਿਲ ਹੋ ਗਏ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ ਸੱਚੇ ਪਿਤਾ ਵਾਹਿਗੁਰੂ ਉਸ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਸ਼ ਕਰੀ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੁੱਧ ਅਤੇ ਬਲ ਬਖਸ਼ੀ ਸ਼ਕਤੀ ਬਖਸ਼ੀ ਕਿ ਜੋ ਪਰਿਵਾਰ ਦੇ ਬਾਪੂ ਜੀ ਬਚਨ ਸਿੰਘ ਹੋਣਾਂ ਦੇ ਚਲਾਏ ਮਾਰਗ 'ਤੇ ਪਰਿਵਾਰ ਚੱਲਦਾ ਆ ਰਿਹਾ ਸੀ ਸਾਰਿਆਂ ਨਾਲ ਕਦੀ ਕਿਸੇ ਨਾਲ ਉੱਚੀ ਨਹੀਂ ਬੋਲੇ ਸਾਰਿਆਂ ਦੇ ਨਾਲ ਪਿਆਰ ਦੇ ਨਾਲ ਮਿਲਵਰਤਨ ਚੱਲ ਰਿਹਾ ਸੀ ਉਸੇ ਤਰ੍ਹਾਂ ਹੀ ਅੱਗੇ ਬੱਚੇ ਉਸੇ ਤਰ੍ਹਾਂ ਹੀ ਇਸ ਨੂੰ ਜੋ ਪਰਿਵਾਰਕ ਰੀਤੀ ਰਿਵਾਜ ਹੈ ਉਹਨੂੰ ਸਮਝ ਕੇ ਉਹਦੇ ਨਾਲ ਚੱਲਣ ਦੀ ਬੁੱਧ 'ਤੇ ਬਲ ਬਖਸ਼ਿਸ਼ ਕਰੀ। ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਚਰਨ ਪਾਏ ਉਸ ਤੋਂ ਬਾਅਦ ਰਾਗੀ ਜਥਾ ਭਾਈ ਰਣਜੀਤ ਸਿੰਘ ਤੋਂ ਉਹਨਾਂ ਦਾ ਰਾਗੀ ਜਥਾ ਉਹਨਾਂ ਦਾ ਧੰਨਵਾਦ ਕਰਦਾ ਹਾਂ ਸਾਰੇ ਰਿਸ਼ਤੇਦਾਰ ਕਿਉਂਕਿ ਬਾਪੂ ਜੀ ਬਚਨ ਸਿੰਘ ਦਾ ਪਰਿਵਾਰ ਬਹੁਤ ਵੱਡਾ ਸੀਗਾ
ਉਹਨਾਂ ਦੇ ਜਿੰਨੇ ਵੀ ਸਾਡੇ ਰਿਸ਼ਤੇਦਾਰ ਭੈਣ ਭਰਾ ਸੱਜਣ ਮਿੱਤਰ ਆਏ ਨੇ, ਜਿੰਨੇ ਕਦਮ ਚੱਲ ਕੇ ਆਏ ਹੈ, ਸਿਰ ਮੱਥੇ ਨੇ ਉਹਨਾਂ ਦੇ ਧੰਨਵਾਦੀ ਹਾਂ। ਇਹਨਾਂ ਸ਼ਬਦਾਂ ਨਾਲ ਫਤਿਹ ਅਰਜ਼ ਕਰਦਾ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਿਸ਼ਤੇਦਾਰ, ਸਾਕ ਸੰਬੰਧੀ, ਦੂਰ ਨੇੜੇ ਆਏ ਸਾਰਿਆਂ ਦਾ ਹੀ ਹਰ ਕਦਮ ਪਰਿਵਾਰ ਦੇ ਸਿਰ ਮੱਥੇ ਤੁਹਾਡਾ ਚੱਲਿਆ ਹੈ ਹਰ ਕਦਮ, ਕਿਉਂਕਿ ਸਿਆਣਿਆਂ ਨੇ ਕਿਹਾ ਵੀ ਜਦੋਂ ਅਸੀਂ ਕਿਸੇ ਦੀ ਖੁਸ਼ੀ 'ਚ ਸ਼ਾਮਿਲ ਹੁੰਦੇ ਹਾਂ ਤਾਂ ਖੁਸ਼ੀ ਦੋਣੀ ਚੋਣੀ ਹੋ ਜਾਂਦੀ ਹੈ, ਜਦੋਂ ਅਸੀਂ ਕਿਸੇ ਦੇ ਦੁੱਖ ਦੇ ਵਿੱਚ ਸ਼ਰੀਕ ਹੁੰਦੇ ਹਾਂ ਤਾਂ ਦੁੱਖ ਜ਼ਰੂਰ ਘਟਦਾ। ਸੋ ਤੁਸੀਂ ਸਾਰੇ ਹੀ ਸਾਹਿਬ ਗੁਰਮੀਤ ਸਿੰਘ ਜੀ ਸਾਰੇ ਪਰਿਵਾਰ ਦੇ ਦੁੱਖ 'ਚ ਸ਼ਾਮਿਲ ਹੋਏ ਹੋ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੋਂ ਹੁਣ ਪਰਿਵਾਰ ਵੱਲੋਂ ਬੇਨਤੀ ਹੈ ਵੀ ਗੁਰੂ ਕਾ ਲੰਗਰ ਜਿਹੜਾ ਤਿਆਰ ਆ ਸਾਰਿਆਂ ਨੇ ਜ਼ਰੂਰ ਛੱਕ ਕੇ ਜਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ।